क्या कर रहे हो भाई? सफाई कर रहे हो, चीजों को समेट रहे हो ना, जल्दी करो। माने नहीं, अस्सलाम वालेकुम। परवरदिगार दी रहमतां बरकतां दे निमतां दे नाल बंदा ने चीज हाजिर हो गया है जी। चैनल नु सब्सक्राइब भी करना और नाल बेल आइकन तो जरूर दबा देना ताकि वीडियो दा नोटिफिकेशन थोड़े तक पहुंच जाए। जल्दी भी है जी तैयारी। और ये तैयारी तो नहीं होंदी भी चीजा फिर कोई की जाना तैयारी है, क्योंकि बर्तन सुबह खाना खाता ना, सुबह बर्तन पहले साफ धो के और समेट के उते कपड़ा पाक ने फिर जाना है, क्योंकि मक्खियां काफी बैठी किचन में जाने ने। भी रात को नहीं, और रात को निकलेंगे बाबा भी, फिर रात तो हो जानी है ना। नहीं होनी ना बेटी, आप जल्दी करो, आप समेटो जल्दी चीजें। पंजाबी पहचान है जी साड़ी, साफा साफा जरूर लेना चाहिए जो भी ट्रैवलिंग लाली जड़ी है ना बोलती भी, जो भी ट्रैवलिंग वास्ते निकले हैं ना, और खुसूसन बाइक ते अगर हो भी है तो फिर बाइक ते जाके ए साफे दी बहुत जरूरत पैंदी है। गट्टा मिट्टी पैंदा है, कपड़े ते गट्टा मिट्टी पैंदा है, इस वजह तो मुंह भी बंदा साफ कर सकता है और कपड़े भी जड़ा ना छन सकता है। ਸਾਡੇ ਕੋਲ ਗੈਸ ਖਤਮ ਹੋਇਆ ਜੀ, ਔਰ ਉਹਦੀ ਨਤੀਜਾ ਇਹ ਹੈ ਕਿ ਬਰਤਨ ਜਿਹੜੇ ਨਾ ਅੱਜ ਬੇਗਮ ਨੂੰ ਫਿਰ ਮਲ ਮਲ ਕੇ ਰਗੜ ਰਗੜ ਕੇ ਧੋਣੇ ਪੈਣਗੇ, ਔਰ ਇਹਨੂੰ ਬਿਲਕੁਲ ਵਾਈਟ ਕਰਨਾ ਪਏਗਾ ਸਿਲਵਰ ਨੂੰ, ਵਰਨਾ ਇਹ ਫਿਰ ਅਗਰ ਇੱਕ ਵਾਰੀ ਸਾਫ ਨਾ ਕਰੀਏ ਦੂਜੀ ਵਾਰੀ ਫਿਰ ਅੱਛੇ ਤਰੀਕੇ ਨਾਲ ਸਾਫ ਹੁੰਦੇ ਹੀ ਨਹੀਂ। ਜੀ ਅੱਜ ਖਤਮ ਹੋ ਗਿਆ ਸੀ ਦੁਪਹਿਰ ਨੂੰ, ਔਰ ਉਸ ਤੋਂ ਬਾਅਦ ਫਿਰ ਵਾਕ ਹੀ ਨਹੀਂ ਆਉਂਦੇ, ਔਰ ਪਿਛਲੀ ਵੀਡੀਓ ਜੀ ਤੁਸੀਂ ਵੇਖਿਆ ਕਿ ਚਾਹ ਜਿਹੜੀ ਹੈ ਨਾ ਉਹ ਚੁੱਲ੍ਹੇ ਤੇ ਪਕਾਈ ਸੀ, ਸਾਲਨ ਜਿਹੜਾ ਨਾ ਉਹ ਸਵੇਰ ਤੰਦੂਰੀ 'ਚ ਬਣਾਇਆ ਸੀ, ਇਸ ਵਜ੍ਹਾ ਤੋਂ ਦੋਵੇਂ ਬਰਤਨ ਜਿਹੜੇ ਨਾ ਉਹ ਕਾਲੇ ਹੋ ਗਏ ਨਾ। ਬਰਤਨ ਅਗਰ ਕਾਲੇ ਹੋ ਜਾਵਣ ਤੇ ਫਿਰ ਬੜੀ ਮਿਹਨਤ ਨਾਲ ਧੋਣੇ ਪੈਂਦੇ ਨੇ, ਔਰ ਬੇਗਮ ਸਾਹਿਬਾ ਦੀ ਪ੍ਰੈਕਟਿਸ ਹੈ ਬਰਤਨ ਧੋਣ ਦੀ, ਕੋਈ ਨਵੀਂ ਗੱਲ ਨਹੀਂ ਹੈ। ਪਿੱਛੇ ਤਕਰੀਬਨ 12-14 ਸਾਲ ਜਿਹੜੇ ਨਾ ਇਹਨੇ ਧੋਤੇ ਨੇ, ਲੇਕਿਨ ਹੁਣ 3-4 ਮਹੀਨਿਆਂ ਤੋਂ ਅਸੀਂ ਗੈਸ ਜਿਹੜਾ ਨਾ ਜ਼ਿਆਦਾ ਇਸਤੇਮਾਲ ਕਰਦੇ ਪਏ, ਇਸ ਵਜ੍ਹਾ ਤੋਂ ਬੇਗਮ ਹੁਣ ਬਹੁਤ ਹੀ ਘੱਟ ਬਰਤਨ ਕਾਲੇ ਜਿਹੜੇ ਨਾ ਉਹ ਧੋਂਦੀ ਹੈ, ਤੇ ਇਸ ਵਜ੍ਹਾ ਤੋਂ ਉਹਨੂੰ ਫਿਰ ਹੁਣ ਥੋੜੀ ਜਿਹੀ ਟੈਨਸ਼ਨ ਹੁੰਦੀ ਹੈ, ਜਦੋਂ ਕਾਲਾ ਬਰਤਨ ਹੋ ਜਾਵੇ ਨਾ ਫਿਰ ਉਹਨੂੰ ਥੋੜੀ ਜਿਹੀ ਘਬਰਾਉਣ ਲੱਗ ਪੈਂਦੀ। ਪਹਿਲੇ ਨਹੀਂ ਸੀ ਹੁੰਦੀ, ਕਿਉਂਕਿ ਉਦੋਂ ਸਾਰੇ ਹੀ ਬਰਤਨ ਕਾਲੇ ਹੁੰਦੇ ਹਨ ਔਰ ਰੋਜ਼ ਕਾਲੇ ਹੁੰਦੇ ਹਨ। ਕੀ ਕਰ ਰਹੇ ਹੋ ਇਹ ਬੇਟਾ? ਇਹ ਖਿਲੋਨੇ ਸਾਰੇ ਉਠਾ ਕੇ ਅੰਦਰ ਫੇਂਕ ਦਿਓ, ਸਪੀਡੋ ਸਪੀਡ ਕਰੋ ਯਾਰ, ਮੈਂ ਮਸ਼ੀਨ ਅੰਦਰ ਰੱਖ ਦਿੱਤੋ, ਜਲਦੀ ਕਰੋ ਜਲਦੀ, ਹੈਂ ਨਿਕਲੇ। जी बेटा माऊ लाओ, अलग लाओ, लगाओ ऐसे, हाथ छोड़ दो, हाथ छोड़ दो, इधर मेरी तरफ देखो, ऐसे करो ऐसे। ओ चले, तैयारी होगी जी मुकम्मल और निकलते पे जी, और टाइम हो गया जी तकरीबन कमो बेश 6:10 तकरीबन। साडा रस्ता जड़ा है ना जी, तुहानू दस्सिया गया 45 to 50 मिनट दा, और अलहमदुलिल्लाह उम्मीद है कि शाम तो पहले असी पहुंच जावांगे। जंदरे मारदे पे हां जी घर नू और निकलदे पे हां जी। और चला रही थी जी फैजा, हूं कैसे चला रहे थे? चलाओ, हाँ मैं बैठता हूँ, चलाओ चलाओ तो सही, मैं बैठता हूँ, हाँ चलाओ, हाँ हाँ चलाओ, जोर से चलाओ। अच्छा इधर आ जाऊं, ठीक है जी, आ जाता हूँ। हाँ पहले गूं कर रही थी ना, चले निकले। अल्हम्दुलिल्लाह बाहर निकले हैं जी और निकलते पे हैं सफर ते, और दुआ करो कि अल्लाह ताला खैरी सलामती जड़ा ना मंजिल मकसूद ते पहुंचाए। और बेगम साहब जड़ी है ना जी बाहर लगे गेट तुनु भी ताला मारन लगी है, तंदूरी जड़ी है ना मुकम्मल जड़ी सिक्योर कर दी उ, तांबिया रख के उ बटल रख दिता है, और अल्लाह करे हुण साडा तांबिया कोई ना लेके जावे। अपने छोटे जे शहर नू अलविदा कहंदे होया सफर ते रवा दवा है जी। ਮੈਨੂੰ ਪਤਾ ਹੈ ਕਿ ਤੁਸੀਂ ਕਮੈਂਟ ਕਰਨੇ ਨੇ ਕਿ ਸਫਦਰ ਬਾਈ ਤੁਸੀਂ ਮੋਟਰਸਾਈਕਲ ਚਲਾਉਂਦੇ ਹੋ ਆ, ਕਲਿੱਪ ਨਾ ਬਣਾਇਆ ਕਰੋ, ਲੇਕਿਨ ਅੱਜ ਮੈਂ ਨਹੀਂ ਬਣਾ ਰਿਹਾ ਕਲਿੱਪ, ਫਿਲਹਾਲ ਦੇ ਹੱਥ 'ਚ ਮੋਬਾਈਲ ਹੈ ਔਰ ਮੈਂ ਸਿਰਫ ਔਰ ਸਿਰਫ ਕਮੈਂਟਰੀ ਕਰਦਾ ਪਿਆ ਬਸ, ਲੇਕਿਨ ਮੇਰਾ ਸਾਰਾ ਧਿਆਨ ਵੀ ਮੋਟਰਸਾਈਕਲ 'ਚ ਹੀ ਹੈ ਔਰ ਰਸਤੇ 'ਤੇ ਹੀ ਹੈ, ਇਸ ਵਜ੍ਹਾ ਤੋਂ ਤੁਹਾਨੂੰ ਰਸਤੇ ਦੇ ਸੀਨ ਜਿਹੜੇ ਨਾ ਉਹ ਵੀ ਵਿਖਾਉਣੇ ਨੇ, ਕਿਉਂਕਿ ਸਾਡੇ ਵਲੌਗ ਦਾ ਹਿੱਸਾ ਹੈ ਟਰੈਵਲਿੰਗ ਸ਼ੂਟ ਜਿਹੜੇ ਨਾ ਜੀ, ਇੱਕ ਵਲੌਗ ਦਾ ਹਿੱਸਾ ਹੁੰਦਾ ਹੈ, ਤੇ ਇਸ ਵਜ੍ਹਾ ਤੋਂ ਇਹ ਲਾਜ਼ਮੀ ਹੁੰਦੇ ਨੇ ਵਲੌਗ ਕਰਨੇ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋ।
ਕਰੀਏ ਫੈਜ਼ਾ ਜਿਹੜੀ ਅੱਗੇ ਬਾਤਾਂ ਕਰਦੀ ਪਈ ਨਾ ਜਾਏ ਕੈਮਰਾ ਆਨ ਕੀਤਾ ਫੈਜ਼ਾ ਚੁੱਪ ਹੋ ਗਈ ਤੈਨੂੰ ਉਹ ਸੁਣਾਊਗਾ ਕਿ ਪਹਿਲਾਂ ਤੁਸੀਂ ਗੱਲਾਂ ਸੁਣੋ ਫੈਜ਼ਾ ਕਿ ਨਹੀਂ ਕਰਨਾ ਹੈ ਜਬੂ ਦਬੂ ਤੋਂ ਕਹਿੰਦੇ ਦੇਖ ਲਾ ਉਹ ਐਜ ਕਰਦੀ ਵੀ ਖੈਰ ਉਹ ਪੁੱਛੀ ਫਿਰ ਕਿ ਤੇਰਾ ਪਾਪਾ ਜਿਹੜਾ ਹੈ ਉਹ ਸਮਝ ਲੱਗੇ ਕਿਵੇਂ ਕਰਦਾ ਉਹ ਕਰਦੀ ਕਿਉਂ ਕਿਉਂ ਅਗਰ ਉਹਦਾ ਥੋੜ੍ਹਾ ਬਹੁਤ ਫਟਿਆ ਹੈ ਨਾ ਸਮਝ ਲੱਗਿਆ ਉਹ ਨੀਚੇ ਨਾ ਰੱਖ ਉਹ ਫੈਜ਼ਾ ਬਲੌਗ ਵਿੱਚ ਦੱਸਦਾ ਪਿਆ ਸੀ ਬਲਕਿ ਸ਼ੁਰੂ ਤੋਂ ਸ਼ਾਇਦ ਦੱਸੀ ਹੈ ਕਿ ਜਗ੍ਹਾ ਜਿਹੜੀ ਹੈ ਨਾ ਕਾਫੀ ਜ਼ਿਆਦਾ ਖਰਾਬ ਹੈ ਔਰ ਅਕਸਰ ਟ੍ਰੈਫਿਕ ਜਿਹੜੀ ਹੈ ਨਾ ਉੱਥੇ ਬਲੌਗ ਹੁੰਦੀ ਹੈ ਇਹ ਵਾਲੀ ਜਗ੍ਹਾ ਹੈ ਜੀ ਇਹ ਦੇਖ ਕਰੋ ਨਾ ਬਹੁਤ ਹੀ ਜ਼ਿਆਦਾ ਰਸਤਾ ਖਰਾਬ ਹੈ ਬਹੁਤ ਜ਼ਿਆਦਾ ਔਰ ਅੱਗੇ ਵਾਲਾ ਜਿਹੜਾ ਇਹ ਰੋਡ ਹੈ ਨਾ ਇਹ ਤੋਂ ਬਿਲਕੁਲ ਹੀ ਸੌੜਾ ਰੋਡ ਹੈ ਅਗਰ ਕੋਈ ਪਰੂ ਚੀਜ਼ ਆ ਜਾਵੇ ਵੱਡੀ ਤੇ ਇੱਥੇ ਜਿਹੜੀ ਹੈ ਨਾ ਟ੍ਰੈਫਿਕ ਰੁਕ ਜਾਂਦੀ तो अपना सफर जारी रखते हुए ना पहुंच गए हैं जी मंजिले मकसूद तो सिर्फ और सिर्फ 5 से 7 मिनट दूर मैं थोड़ा सिर्फ दिखाने लगा कि ए एक निशान थोड़ा नजर आंदा पे ना पिलर जब बनया खला और एक उधर पिलर बनया खला शायद थोड़ा नजर आ रहा उसी इतो मैं थोड़ा जूम करके दिखाना ए पिलर बनया खला जी ये निशान दी हुई है जी सड़क दी और तकरीबन कम अज कम 1 साल इन हो गया सिर्फ निशान दी हुई इन और उस तो बाद इन्हें कोई काम नहीं होया और पीछे रस्ता इन्ना ज्यादा खराब है कि हर रोज इतू ट्रैफिक जी ना बड़ी मुश्किल गुजरती है सुबह सुबह बारिश हुई है जिदी वजह तू इतू ट्रैफिक जी ना आसानी नाल गुजरती पई है वरना जिनी इतने रेत होंगी है और इतू मोटरसाइकिल ते गुजर ही नहीं सकता मतलब चला के बंदा नहीं गुजर सकता सिर्फ और सिर्फ पैदल अगर दो बंदे ने तो एक नु उतरना पैंदा है और दूसरा बंदा जिहड़ा ना एक बंदा मोटरसाइकिल लेके निकलता है और अगर 3 सवारियां होवन या लेडीज होवन बच्चे होवन तो उन्होंने ओ पीछे पिंड है उस पिंड तू लेके इत्थे तिकर जड़ा ना ओ पैदल आना पैंदा है और मोटरसाइकिल जड़ा है ओ एक बंदा लेके आंदा है इस तरह की सिचुएशन जड़ी है ना जी इत्थे है और ये पिछले 1 साल तू इसे तरह ही चलता पै वैसे तो ये सड़क जड़ी है ना ये रस्ता जड़ा है तकरीबन कमोबेश 75 साल तू इसे तरह जी जदों तो पाकिस्तान बनया उदो का ही रस्ता इसे तरह ए वाली सड़क भी तकरीबन जड़े ना 4 साल 5 साल हो गए ने क्योंकि ये बनी सी 2017 के अंदर 2017 ਦੇ ਵਿੱਚ ਸੜਕ ਜਿਹੜੀ ਇਹਨਾਂ ਤਾਮੀਰ ਹੋਈ ਸੀ ਔਰ ਪੁਲ ਬਣਿਆ ਸੀ ਰਾਵੀ ਵਾਲਾ ਔਰ ਉਸ ਤੋਂ ਬਾਅਦ ਇਹ ਵਾਲੀ ਸੜਕ ਇੱਥੇ ਤੱਕ ਆ ਗਈ ਇੱਥੇ ਤੱਕ ਸੜਕ ਜਿਹੜੀ ਇਹਨਾਂ ਜੀ ਉਹ ਮੁਕੰਮਲ ਬਣ ਕੇ ਆ ਗਈ ਔਰ ਇਸ ਤੋਂ ਅੱਗੇ ਸੜਕ ਜਿਹੜੀ ਇਹਨਾਂ ਮਨਜ਼ੂਰ ਹੋਈ ਹੋਈ ਹੈ ਨਿਸ਼ਾਨ ਦੀ ਤੁਹਾਨੂੰ ਮੈਂ ਵਿਖਾਈ ਆ ਇਸੇ ਤਰ੍ਹਾਂ ਪਿੱਲਰ ਜਿਹੜੇ ਇਹਨਾਂ ਜਗ੍ਹਾ ਜਗ੍ਹਾ ਤੇ ਅੱਗੇ ਅੱਗੇ ਲੱਗੇ ਹੋਏ ਨੇ ਔਰ ਇਸ ਸਾਹਮਣੇ ਵਾਲੇ ਪਿੰਡ ਤੋਂ ਬਾਹਰਲੀ ਸਾਈਡ ਹੋ ਕੇ ਨਾ ਤੇ ਇਹ ਸੜਕ ਉਹ ਉਧਰ ਹੀ ਮਿਲਦੀ ਆ ਜਿੱਧਰੋਂ ਅਸੀਂ ਵਾਪਸ ਆਏ ਆ ਨਾ ਉੱਥੇ ਮਿਲਦੀ ਹੈ ਜਾ ਕੇ ਉਸ ਸੜਕ ਨਾਲ ਲੇਕਿਨ ਇਹਦੇ ਤੇ ਕਾਰਵਾਈ ਜਿਹੜੀ ਹੈ ਨਾ ਉਹ ਹਾਲੇ ਤੱਕ ਨਹੀਂ ਹੋ ਰਹੀ
फाइनली असि होना आ गए जी साफ रोड से, और इस तो अगे सारा टाइम जरा ना सिर्फ और सिर्फ 5 to 7 minutes या 10 minutes लगन गए घर पहुंचने से, और रस्ता अगला जरा ना वो बिल्कुल क्लियर है। इस बस ने भी इस रस्ते तो गुजर के जाना है जी, और तकरीबन इथो लैके पिंड क्रॉस करते हुए सिर्फ और सिर्फ 1 kilometer बनता है, और एक कमो बेश मेरे हिसाब से 20 to 25 minutes च इस जगह क्रॉस करेगी। क्या हुआ फैजा, ये कौन है, ये कौन है, आप ही है, इधर मेरी बात सुनो, मेरी बात तो सुनो फैजा, क्या हुआ, ये कौन है, आप ही है, अच्छा अल्हम्दुलिल्लाह पहुंच गए हैं जी, और मजीद वीडियो बनाना इस लोकेशन पे इम्पोसिबल है क्योंकि प्राइवेसी का ख्याल रखते हुए रात के टाइम इतने वीडियो बनाना जो है ना बहुत औखा है। इंशाल्लाह सुबह पिंड दी और पिंड तो बाहर दी जड़े ना कुछ सैर जड़ी है ना अपने भैन भाई जरूर करवावांगे। सदर साहब की पूरी फरमी दो, अपना बहुत सारा ख्याल रखना है, दुआवें याद रखना है, पंडा बन बन प्यार, अल्लाह हाफिज।